अस्सलाम वालेकुम दोस्तों, की हाल चाल जी। वेलकम टू अनदर व्लॉग। ये व्लॉग अपना तीसरा पार्ट आ उस व्लॉग का। तो आप जा रहे हैं जी सियाल मोड़ शुगर मिल सरगोदे। इस टाइम दरिया के पुल के उत्ते, इस तो बाद रेलगड्डी का पुल होना वा जो कि आप चढ़ा वा। तो चैनल से जोड़े दोस्त नवे गुजारिश है, सबसक्राइब कर दिए, वीडियो लाइक कर दौ, इंट्रस्टिंग व्लॉग देख। इतों शुरू होंगी है जी चढ़ाई। बाकी जी सामने ट्राला वा वो चढ़ा पहलू, दो दो ट्रैक्टर ला के चढ़न डे। इतने खलोते हैं जी, अद्धा घंटा हो चला वा, ट्राले नहीं हजे चढ़न डे, दो दो ला के चढ़न डे वे रूसिया वाले। तो अगे गया वा जो खोड़ वाला बंदा, उन्हें अगे गया वा चढ़ा ट्राला, तो वह ट्रैक्टर कढ़ा के लियाऊगा फिर वापस। देखो जी टैंपर कितों की लिया रहे हैं, फुटपाथ तो लिया रहे, फुटपाथ फुटपाथ ही जान दे कहते। थलू चेक करो जी दरिया, ओ खलोते ट्राले सामने।
ਬਾਕੀ ਜੀ ਆ ਪੌਦੀ ਚੜਾਈ ਲਿਖਣ ਨੇ ਆ ਹੁਣ ਬਹੁਤ ਰਾਮ ਰਾਮ ਨਾਲ ਆਪਾਂ ਪੁੱਲ ਲਾਉਣਾ ਵਾ ਇਹ ਮੋਟਰਵੇ ਦੇ ਪੁੱਲ ਤਰ੍ਹਾਂ ਹੀ ਆਇਆ ਹੈਗਾ ਰੇਲ ਗੱਡੀ ਦਾ ਪੁੱਲ ਰਾਮ ਰਾਮ ਨੇ ਚੜਾਇਆ ਜੀ ਰਾਮ ਰਾਮ ਨੇ ਲਾਉਣਾ ਵਾ ਇੱਥੇ ਜੀ ਚੜ੍ਹਾਈ ਦੇ ਉੱਤੇ ਸੀਗਾ ਨਾ ਤੇਲ ਦੁਲਿਆ ਸੀਗਾ ਕਿਸੇ ਡੈਂਪਰ ਵਾਲੇ ਦਾ ਅਤੇ ਆਪਣੇ ਅੱਗੇ ਨਾ ਇੱਕ ਮੋਟਰਸਾਈਕਲ ਵਾਲਾ ਬੰਦਾ ਉਹ ਸਲਿੱਪ ਹੋ ਕੇ ਅਤੇ ਡਿੱਗ ਜਾਂਦਾ ਜਿਹਦੀ ਵਜ੍ਹਾ ਤੋਂ ਆਪਣੀ ਸਪੀਡ ਆ ਨਾ ਜਿਹੜੀ ਥੋੜ੍ਹੀ ਸਲੋਅ ਹੋ ਜਾਂਦੀ ਆ ਅਤੇ ਉਸ ਵਜ੍ਹਾ ਤੋਂ ਨਾ ਫੱਟੀ ਥੋੜ੍ਹੀ ਛੱਡਣੀ ਪੈਂਦੀ ਜਿਹਦੇ 'ਚ ਫੱਟੀ ਛੱਡੀ ਦੀ ਆ ਟਾਇਰ ਆ ਜਾਂਦਾ ਵਾ ਦੂਸਰੀ ਜਗ੍ਹਾ 'ਤੇ ਜਿਹੜੀ ਜਗ੍ਹਾ 'ਤੇ ਆਇਲ ਦੁਲਿਆ ਹੁੰਦਾ ਉਸ ਜਗ੍ਹਾ 'ਤੇ ਟਾਇਰ ਆ ਜਾਂਦਾ ਵਾ ਅਤੇ ਟਾਇਰ ਆਪਣਾ ਸਲਿੱਪ ਹੋ ਕੇ ਅਤੇ ਰੁਕ ਜਾਂਦਾ ਬਾਅਦ 'ਚ ਉੱਥੋਂ ਬੜਾ ਮੁਸ਼ਕਲ ਤੋਰਦਾ ਟਰਾਲਾ ਅਤੇ ਉਸ ਤੋਂ ਬਾਅਦ ਆ ਛੋਟੀ ਜਿਹੀ ਚੜ੍ਹਾਈ ਆ ਪਹਾੜਾਂ ਦੀ ਅਤੇ ਤੇਲ ਦੁਲਿਆ ਜਿਹਦੀ ਵਜ੍ਹਾ ਤੋਂ ਨਾ ਜ਼ਿਆਦਾ ਜ਼ੋਰ ਲੱਗਣ ਡਿਆ ਟਰੈਕਟਰ ਦਾ ਅਤੇ ਬੜਾ ਕੰਟਰੋਲ ਕਰਕੇ ਅਤੇ ਆਪਾਂ ਪੁੱਲ ਦੀ ਚੜ੍ਹਾਈ ਚਾੜ ਕੇ ਅਤੇ ਲਿਆਉਂਦੀ ਆ ਬਾਕੀ ਤੁਸੀਂ ਨਜ਼ਾਰੇ ਚੈੱਕ ਕਰੋ ਇੱਧਰ ਇੱਕ ਛੋਟੀ ਜਿਹੀ ਪਹਾੜੀ ਆ ਅਤੇ ਦੂਸਰੀ ਤਰਫ 'ਤੇ ਨਾ ਪਹਾੜਾਂ ਤੋਂ ਲੈਨ ਸੇਰੀ ਆ ਉੱਧਰ ਅਤੇ ਕਾਫੀ ਜ਼ਿਆਦਾ ਖੂਬਸੂਰਤ ਇਲਾਕਾ ਵਾ ਅਤੇ ਜਿਹੜੇ ਬੰਦੇ ਦੇਖ ਰਹੇ ਆ ਚੈਨਲ 'ਤੇ ਉਹਨਾਂ ਨੂੰ ਗੁਜ਼ਾਰਿਸ਼ ਆ ਕਿ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਜਿਹੜੇ ਦੋਸਤ ਨਵੇਂ ਗੁਜ਼ਾਰਿਸ਼ ਆ ਸਬਸਕ੍ਰਾਈਬ ਕਰ ਦਿਓ ਅਤੇ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣਗੀਆਂ। ਬਾਕੀ ਜੀ ਇੱਥੇ ਆਪਾਂ ਰੁਕੇ ਆ ਗਏ ਆਪਣਾ ਟਾਇਰ ਜੋ ਨਾ ਹਵਾ ਨਿਕਲਣ ਡਈ ਆ ਬਹੁਤ ਤੇਜ਼। ਇੱਥੇ ਪੈਂਚਰਾਂ ਵਾਲਾ ਦੇਖੋ ਪੈਂਚਰ ਲਵਾਉਂਦੇ ਕਾਫੀ ਜ਼ਿਆਦਾ ਪੈਸੇ ਮੰਗਣ ਡਿਆ ਸੀਗਾ ਲੇਕਿਨ ਅਸੀਂ ਪਹਿਲਾਂ ਮੁੱਕ ਮਕਾਈਆ ਕਰਕੇ ਅਤੇ ਫਿਰ ਉਹਨੂੰ ਕਿਹਾ ਖੋਲ੍ਹ ਅਤੇ ਆਪਣਾ ਨਾ 2500 ਰੁਪਇਆ ਮੰਗਦਾ ਪਿਆ ਸੀਗਾ ਅਤੇ ਹੁਣ 1700 ਰੁਪਇਆ ਆਪਾਂ ਇਹਨੂੰ ਦੇਣਾ ਵਾ। ਨਿਕਲ ਗਏ ਹੁਣ ਕਿਤੇ ਪੈਂਚਰਾਂ ਵਾਲੇ ਕੋਲ ਰੁਕਦੇ ਹਾਂ ਪੈਂਚਰ ਲਵਾਉਂਦੇ ਹਵਾ ਬਹੁਤ ਤੇਜ਼ ਨਿਕਲਣ ਡਈ ਆ। ਇੱਥੇ ਜਿਹੜੇ ਜੀ ਆਪਣੇ ਨਾਲ ਦੇ ਬੰਦੇ ਆ ਨਾ ਤਿੰਨ ਟਰਾਲਿਆਂ ਵਾਲੇ ਉਹ ਅੱਗੇ ਗਏ ਆ ਹੋਟਲ 'ਤੇ ਨਾ ਆਪਣਾ ਵੇਟ ਕਰਨ ਡਏ ਆ ਅਤੇ ਇੱਥੋਂ ਪੈਂਚਰ ਜੂੰ ਹੀ ਲੱਗਦਾ ਵਾ ਆਪਾਂ ਬਾਕੀ ਦਾ ਸਫ਼ਰ ਕੰਟੀਨਿਊ ਕਰਦੇ ਹਾਂ। ਇਸ ਟਾਈਮ ਆਪਾਂ ਖਲੋਤੇ ਹਾਂ ਜੀ ਚਨਾਬ ਨਗਰ ਤੋਂ ਥੋੜ੍ਹਾ ਕੁ ਅੱਗੇ ਆ ਕੇ ਨਾ ਅਹਿਮਦ ਨਗਰ ਅਤੇ ਅਹਿਮਦ ਨਗਰ ਤੋਂ ਇੱਕ ਸਿਆਲ ਮੋੜ ਨੂੰ ਸੜਕ ਜਾਂਦੀ ਆ ਬਾਈਪਾਸ ਉਸ ਬਾਈਪਾਸ 'ਤੇ ਚੜ੍ਹਨਾ ਵਾ ਅਤੇ ਅੱਗੇ ਹੋਟਲ ਵਗੈਰਾ ਵੀ ਆਉਣੇ ਉੱਥੋਂ ਖਾਣਾ ਛਾਣਾ ਖਾਣੇ ਨਾਲੇ ਆਪਣੇ ਜਿਹੜੇ ਬੰਦੇ ਉੱਥੇ ਵੇਟ ਕਰਨ ਡਏ ਆ ਅਤੇ ਚੱਲਦੇ ਹਾਂ ਜੀ। ਅਤੇ ਆਹ ਜਿਹੜੀ ਸੜਕ ਆ ਤੁਹਾਡੇ ਸਾਹਮਣੇ ਸਿਆਲ ਮੋੜ ਇਸੇ ਤਰ੍ਹਾਂ ਦਾ ਰੋਡ ਆ ਤੋੜ ਹੁਣ ਮਿਲ ਤੱਕ ਨਾ ਤਕਰੀਬਨ 40 ਕਿਲੋਮੀਟਰ ਸਫ਼ਰ ਆ ਅਤੇ ਇਸੇ ਤਰ੍ਹਾਂ ਦਾ ਸਾਫ਼ ਸੁਥਰਾ ਰੋਡ ਆ ਅਤੇ ਚੱਲਦੇ ਹਾਂ। ਬਾਕੀ ਜੀ ਆਪਾਂ ਪੈਂਚਰ ਲਵਾ ਕੇ ਆ ਗਏ ਹਾਂ ਅਤੇ ਆਹ ਟਰਾਲੇ ਖਲੋਤੇ ਆਪਣੇ ਨਾਲ ਦੇ ਤਿੰਨੀ ਇੱਕ ਦੋ ਅਤੇ ਉਹ ਤੀਸਰਾ ਟਰਾਲਾ ਆਪਣੇ ਇੰਤਜ਼ਾਰ 'ਚ ਖਲੋਤੇ ਸੀਗੇ ਅਤੇ ਪੈਂਚਰ ਆਪਾਂ ਲਵਾ ਕੇ ਫਟਾਫਟ ਆਏ ਹਾਂ। ਬਾਕੀ ਟਾਇਰ ਟੂਰ ਹੁਣ ਠੀਕ ਆ ਬਿਲਕੁਲ।
ਹੁਣ ਦੇਖਦੇ ਆ ਇਹ ਕਿੱਥੇ ਗਏ ਟਰਾਲੇ ਖਲਾਰ ਕੇ। ਬਾਕੀ ਜੀ ਆ ਰੁਕੇ ਟਰਾਲਿਆਂ ਵਾਲੇ, ਆਪਾਂ ਰੋਟੀ ਪਾਣੀ ਖਾ ਲਿਆ ਵਾ, ਆਪਣਾ ਸੁਬਹਾ ਦਾ ਨਾਸ਼ਤਾ ਕਰ ਲਿਆ। ਇੱਕ ਰੂਸੀ ਵਾਲਾ ਆ ਵਾ ਤੇ ਇੱਕ ਆ ਵਾ, ਇੱਕ ਉੱਤੋਂ ਪਿੱਛੇ ਫੋੜ ਆ। ਆ ਜੀ ਫੋੜ ਭੱਚੇ ਦਾ, ਤੇ ਇਹ ਤਿੰਨੀ ਜਣੇ ਹੁਣ ਤੁਰਨ ਹੀ ਨਹੀਂ ਰਹੇ ਹੈਗੇ ਇੱਥੇ ਹੋਟਲ ਤੋਂ। ਇਹਨਾਂ ਨੇ ਰੋਟੀ ਸੁਬਹਾ ਦਾ ਨਾਸ਼ਤਾ ਕੀਤਾ ਵਾ, ਆਪਾਂ ਵੀ ਨਾਸ਼ਤਾ ਕਰ ਲਿਆ ਵਾ, ਤੇ ਇਹਨਾਂ ਨੂੰ ਕਿਹਾ ਤੁਰੋ, ਉਹਨਾਂ ਨੂੰ ਨੀਂਦ ਆਉਣ ਡਈ ਆ। ਉਹ ਉੱਥੇ ਸਕੂਨ ਨਾਲ ਮੰਜੀ ਦੇ ਤਿੰਨੀ ਜਣੇ ਲੰਮੇ ਪੈ ਕੇ ਤੇ ਸੌਂ ਗਏ। ਤਿੰਨੀ ਜਣੇ ਉਹ ਮੰਜੀ ਡਾ ਕੇ ਤੇ ਪੈ ਗਏ, ਕਹਿੰਦੇ ਸਾਨੂੰ ਨੀਂਦ ਬੜੀ ਆਉਣ ਡਈ ਆ, ਰਾਤ ਸਾਰੀ ਕਹਿੰਦੇ ਅਸੀਂ ਜਾਗੇ। ਮੈਂ ਕਿਹਾ ਮਿਲਦੇ ਜਾ ਕੇ ਸੋਨੇ ਆ ਹੁਣ ਪਰਾਂ। ਉਹ ਦੇਖੋ ਜੀ ਮੰਜੀ ਡਾਈ ਉੱਤੇ ਸੁੱਤੇ ਤਿੰਨੀ ਜਣੇ। ਮੈਂ ਤੇ ਇਹਨਾਂ ਨੂੰ ਇਹੀ ਗੱਲ ਕਹੀ ਹੈ, ਮੈਂ ਕਿਹਾ ਮਿਲ ਜੀ ਜਾ ਕੇ ਸੋਨੇ ਇਕੱਠੇ ਹੀ, ਦੇਖੋ ਹੁਣ ਕੀ ਬਣਦਾ ਵਾ। ਬਾਕੀ ਜੀ ਹੁਣ ਉੱਠੇ, ਉਹ ਵੀ ਕਹਿ ਕੇ ਇਹਨਾਂ ਨੂੰ ਉਠਾ ਲਿਆ ਵਾ। ਉਹ ਅਗਲੇ ਟਰਾਲੇ ਤੇ ਤੁਰ ਪਏ ਆ, ਹੁਣ ਇਹਨੇ ਤੁਰਨਾ ਵਾ ਤੇ ਫੇਰ ਆਪਾਂ ਤੁਰਨਾ ਵਾ। ਕਹਿ ਕਹਿ ਕੇ ਇਹਨਾਂ ਨੂੰ ਉਠਾ ਲਿਆ ਵੀ ਪਿੱਛੋਂ ਫੋਨ ਕਰਾ ਕੇ।